ਹਾਂਜੀ ਫਰੈਂਡਸ ਵੈਲਕਮ ਟੂ ਇਨਫੋ ਬੋਰਡ ਅਗਰਮੈਂਟ ਜੋਬਸ ਅੱਜ ਗੱਲ ਕਰਾਂਗੇ ਡੀਜੀਆਰ ਆਈਟੀ ਕੈਡਰ ਦੀਆਂ ਨਿਕਲੀਆਂ ਹੋਈਆਂ ਪੋਸਟਸ ਦੇ ਰਿਜ਼ਲਟ ਬਾਰੇ ਠੀਕ ਹੈ ਜੀ ਕਿਹੜੀਆਂ ਪੋਸਟਸ ਸੀਗੀਆਂ ਤੁਸੀਂ ਅਪਲਾਈ ਕੀਤਾ ਹੀ ਹੋਣਾ ਪਹਿਲਾਂ ਅਪਲਾਈ ਕਰਨ ਲਈ ਜਿਨ੍ਹਾਂ ਨੂੰ ਰਿਜ਼ਲਟ ਦੀ ਵੇਟ ਸੀ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਜੀ ਤੇ ਰਿਜ਼ਲਟ ਪਾਸ ਕਰਨ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਵੀ ਕਿਹੜੀ ਪੋਸਟ ਲਈ ਕਿਹੜੇ-ਕਿਹੜੇ ਕੈਂਡੀਡੇਟਸ ਨੇ ਕੁਆਲੀਫਾਈ ਕੀਤਾ ਠੀਕ ਹੈ ਤੇ ਕੈਟਾਗਰੀ ਕਿਹੜੀ ਹੈ ਉਹਨਾਂ ਦੀ ਜ्यादा देर ਨਾ ਲਾਉਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਆਂ ਜੀ ਅਗਰ ਚੈਨਲ ਨੂੰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਲਓ ਬੈਲ ਆਈਕਨ ਪ੍ਰੈਸ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਵੀ ਪੋਸਟ ਆਵੇ ਵੀਡੀਓ ਆਵੇ ਜਾਂ ਕੋਈ ਜਾਣਕਾਰੀ ਆਵੇ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਹੋਊਗਾ ਤਾਂ ਜਾਣਕਾਰੀ ਨਹੀਂ ਪਹੁੰਚੇਗੀ ਠੀਕ ਹੈ ਜੀ ਸਲਿੱਪ ਕਰੋ ਬੈਲ ਆਈਕਨ ਪ੍ਰੈਸ ਸਟਾਰਟ ਕਰਦੇ ਆਂ ਵੀਡੀਓ ਜੀ ਜਿਹੜੀ ਪਹਿਲੀ ਟੇਬਲ ਹੈ ਆਪਾਂ ਪਹਿਲਾ ਟੇਬਲ ਦੇਖ ਰਹੇ ਹਾਂ ਇਹ ਟੇਬਲ ਹੈ ਜਿਹੜਾ ਪੋਸਟ ਆਫ ਸਿਸਟਮ ਮੈਨੇਜਰ ਦਾ ਜਿਹੜਾ 27 ਤਰੀਕ ਨੂੰ ਹੈਲਡ ਹੋਇਆ ਸੀ ਉਹਨਾਂ ਚ ਕਿਹੜੇ ਕਿਹੜੇ ਕੈਂਡੀਡੇਟ ਨੇ ਕੁਆਲੀਫਾਈ ਕੀਤੇ ਜੀ ਰੋਲ ਨੰਬਰ ਦਿੱਤੇ ਹੋਏ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਦਿੱਤੇ ਹੈ ਨੇਮ ਫਾਦਰ ਨੇਮ ਕੈਟਾਗਰੀ ਡੇਟ ਆਫ ਬਰਥ ਆਪਾਂ ਨੇਮ ਆਫ ਕੈਂਡੀਡੇਟ ਪੜਾਂਗੇ ਜੀ ਕਮਲਜੀਤ ਕੋਹਰ ਹੈ ਜਸਲੀਨ ਕੋਹਰ ਹੈ ਰੂਚੀਕਾ ਗੁਪਤਾ ਤੇ ਰਣਵੀਰ ਸਿੰਘ ਹੈ ਇਹਨਾਂ ਨੇ ਸਿਸਟਮ ਮੈਨੇਜਰ ਦੀ ਪੋਸਟ ਦੇ ਲਈ ਕੁਆਲੀਫਾਈ ਕੀਤੇ ਜੀ ਉਸ ਤੋਂ ਬਾਅਦ ਇੱਕ ਵਾਰੀ ਡਿਸਕਲੇਮਰ ਤੇ ਨਜ਼ਰ ਮਾਰ ਲੈਣੇ ਆ ਵੀ ਇਹਨਾਂ ਨੇ ਕਿਹਾ ਹੈ ਵੀ ਇੱਕ ਵਾਰੀ ਰਿਟਨ ਟੈਸਟ ਕੰਪਲੀਟ ਕਰਨ ਨਾਲ ਜਾਂ ਪਾਸ ਕਰਨ ਨਾਲ ਵੀ ਜਿਹੜਾ ਪੋਸਟ ਦੇ ਉੱਤੇ ਤੁਹਾਡਾ ਹੱਕ ਨਹੀਂ ਬਣ ਜਾਂਦਾ ਇਸ ਲਈ ਸੇਮ ਸਬਜੈਕਟ ਟੂ ਸਬਮਿਸ਼ਨ ਆਫ origignal documents ਐਂਡ testimonials ਐਂਡ interview ਮਤਲਬ ਕਿ origignal documents ਤੁਹਾਡੇ ਚੈੱਕ ਕੀਤੇ ਜਾਣਗੇ testimonials ਸਾਰੇ ਚੈੱਕ ਕੀਤੇ ਜਾਣਗੇ ਤੇ interview ਹੋਏਗੀ ਉਸ ਤੋਂ ਬਾਅਦ ਠੀਕ ਹੈ ਜੀ ਜਿਹੜੀ eligibility ਜਾਂ ਤੁਹਾਡੀ ਪੋਸਟ ਬਣਦੀ ਹੈ ਉਹਦਾ criteria ਦਾ details result बाद चे फिलहाल ये जी लिस्ट है ये रिटर्न टैसट की लिस्ट है जी नैक्सट गल कर लें आप पोस्ट है जी नैक्सट पोस्ट है जीडी असिटेंट मैनेजर दी है ठीक है जी उपर वाली पोस्ट भी असिसटेंट मैनेजर की सी ये एसिसेंट मैनेजी मैनेजर दी है उपरवाली पोस्ट आपबारा देख लें ठीक है जी असिस्टेंट मैनेजर दोस्ट सी की। ਸਿਸਟਮ ਮੈਨੇਜਰ ਦੀ ਸੀ ਠੀਕ ਹੈ ਜੀ ਇਹ ਪਹਿਲਾ ਵਾਲੀ ਪੋਸਟ ਸਿਸਟਮ ਮੈਨੇਜਰ ਦੀ ਸੀਗੀ ਇਹ ਪੋਸਟ ਅਸਿਸਟੈਂਟ ਮੈਨੇਜਰ ਦੀ ਅਸਿਸਟੈਂਟ ਮੈਨੇਜਰ ਦੇ ਵਿੱਚ ਕਿੰਨਾਂ ਨੇ ਕੁਆਲੀਫਾਈ ਕੀਤਾ ਜਸਲੀਨ ਕੋਰ ਤੇ ਰਣਵੀਰ ਸਿੰਘ ਨੇ ਜੀ ਨੈਕਸਟ ਗੱਲ ਕਰ ਲੈਨੇ ਆਪਾਂ ਟੈਕਨੀਕਲ ਅਸਿਸਟੈਂਟ ਦੀ ਪੋਸਟ ਦੀ ਟੈਕਨੀਕਲ ਅਸਿਸਟੈਂਟ ਦੀ ਪੋਸਟ ਦੇ ਵਿੱਚ ਨਿਸ਼ਾਨਦ ਗੁਪਤਾ ਦੀਪਾਲੀ ਵਿਨੇ ਹਰਮਨਜੀਤ ਸੁਨੀਤ ਸ਼ਿਵਾਨੀ ਅੰਕੁਸ਼ ਲਲਿਤ ਯਦੀਨ ਜਸਲੀਨ ਅਸੀਮ ਰੂਚੀਕਾ ਵਿਸ਼ਾਲ ਹਰਾਜ ਹਜਗਨੂਰ ਪ੍ਰੀਤਿੰਦਰ ਰੋਹਨ ਜਗਦੀਪ ਦੀਪਤੀ ਪ੍ਰਵਲীন ਅਕੀਜੂ ਕੋਰ ਰਮਨਦੀਪ ਰੂਹੀ ਸਿਮਰ ਲਲਿਤ ਰੂਚੀ ਮਨਪ੍ਰੀਤ ਮਨਦੀਪ ਮੋਹਿਦ ਦਿਲਪ੍ਰੀਤ ਜਮਿੰਦਰ ਨਵਦੀਪ ਮਾਦਵੀ ਗਗਨਦੀਪ ਗਿਤਾंजलि ਜੋਬਨਜੀਤ ਅਨਮੋਲ ਗਿਤਾंजलि ਚਰਨਜੀਤ ਜਗਦੀਪ ਪ੍ਰਭਜੋਤ ਇਹਨਾਂ ਕੈਂਡੀਡੇਟ ਨੇ ਕੁਆਲੀਫਾਈ ਕੀਤਾ ਜੀ ਠੀਕ ਹੈ ਇਹਨਾਂ ਵਿੱਚੋਂ ਕਈ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਕੈਟਾਗਰੀ EWSV ਹੈ ਜਨਰਲ V ਹੈ BCV ਹੈ ਠੀਕ ਹੈ ਜੀ ਇਹ ਕੈਂਡੀਡੇਟਸ ਨੇ ਅਪਲਾਈ ਕੀਤਾ ਕੁਆਲੀਫਾਈ ਕੀਤਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਬਸ ਇੰਨੀ ਕੀ ਆਪਣੀ ਵੀਡੀਓ ਹੈਗੀ ਬਸ ਐਂਡ ਹੋ ਚੁੱਕਿਆ ਤੇ ਜਿਹੜੇ ਜਿਹੜੇ ਕੈਂਡੀਡੇਟਸ ਦੇ ਲਿਸਟਾਂ ਦੇ ਵਿੱਚ ਨਾਮ ਆਏ ਨੇ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਇੱਕ ਵਾਰ ਫੇਰ ਤੋਂ ਤੇ ਇੰਟਰਵਿਊ ਦਾ ਜੋ ਵੀ ਡੇਟਸ ਵਗੈਰਾ ਹੋਣਗੀਆਂ ਉਹਦੀ ਵੀਡੀਓ ਆਪਾਂ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਆਪਦੇ origignal documents ਤਿਆਰ ਰੱਖਿਓ ਇੱਕ ਫਾਈਲ ਬਣਾ ਲਓ ਵੈਸੇ ਤਾਂ ਫਾਈਲ ਆਪਾਂ ਸਾਰੇ documents ਜਿਹੜੇ ਉਹ ਆਪਦੇ ਬੈਗ ਦੇ ਵਿੱਚ ਰੱਖਦੇ ਹੁੰਦੇ ਆ ਠੀਕ ਹੈ ਜੀ ਇਸ ਲਈ ਜਦੋਂ ਆਪਾਂ ਇੰਟਰਵਿਊ ਤੇ ਜਾਣਾ ਹੈ ਤਾਂ ਆਪਣੇ ਕੋਲ ਇੱਕ ਫਾਈਲ ਹੋਵੇ ਉਹ ਫਾਈਲ ਦੇ ਵਿੱਚ ਸਾਰੇ ਜਿਹੜੇ ਆਪਣੇ origignal documents ਨੇ ਉਹਨਾਂ ਨੂੰ ਸੀਰੀਅਲ ਵਾਈਜ਼ ਲਗਾ ਲਓ ਠੀਕ ਹੈ ਜੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਵਾਰ-ਵਾਰ ਤਾਂ ਕਹਿੰਨੇ ਆ ਤਾਂ ਕਿ ਜਦੋਂ ਕੋਈ ਵੀ ਵੀਡੀਓ ਆਵੇ ਜਾਂ ਕੋਈ ਜਾਣਕਾਰੀ ਆਵੇ ਜਾਂ ਕੋਈ ਪੋਸਟ ਆਵੇ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਠੀਕ ਹੈ ਜੀ ਜੇ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਣਕਾਰੀ ਨਹੀਂ ਪਹੁੰਚੇਗੀ ਜੀ ਆਪਣੇ ਚੈਨਲ ਤੇ ਹੋਰ ਕਾਫੀ ਵੀਡੀਓਜ਼ ਪਈਆਂ ਨੇ ਚੈਨਲ ਨੂੰ ਵਿਜ਼ਿਟ ਕਰੋ ਦੇਖੋ ਤੁਸੀਂ ਕਿਹੜੀ ਪੋਸਟ ਲਈ ਅਪਲਾਈ ਕਰ ਸਕਦੇ ਹੋ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਇਹਨਾਂ ਦੀਆਂ ਪੋਸਟਸ ਚੈਨਲ ਤੇ ਪਈਆਂ ਨੇ ਚੈਨਲ ਨੂੰ ਵਿਜ਼ਿਟ ਕਰੋ ਜਿਹੜੀ ਪੋਸਟ ਤੁਹਾਨੂੰ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰੋ ਹੋਰ ਪੋਸਟਾਂ ਨਹੀਂਆਂ ਡੀਸੀ ਆਫਿਸ ਦੀਆਂ ਪੋਸਟਸ ਨਿਕਲੀਆਂ ਹੋਈਆਂ ਨੇਗੀਆਂ ਆਰਮੀ ਦੀਆਂ ਪੋਸਟਸ ਨਿਕਲੀਆਂ ਹੋਈਆਂ ਨੇਗੀਆਂ ਪੋਸਟਾਂ ਦੇਖੋ ਚੈਨਲ ਤੇ ਜਾ ਕੇ ਤੇ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ WhatsApp ਗਰੁੱਪ ਦੇ Telegram ਗਰੁੱਪ ਦੇ ਉੱਥੋਂ ਜੁਆਇਨ ਕਰ ਲਓ Telegram ਚੈਨਲ ਜੁਆਇਨ ਕਰ ਲਓ WhatsApp ਗਰੁੱਪ ਜੁਆਇਨ ਕਰ ਲਓ Facebook ਪੇਜ ਲਾਈਕ ਕਰ ਲਓ ਠੀਕ ਹੈ ਜੀ ਹਰ ਇੱਕ ਜਗ੍ਹਾ ਤੋਂ ਜਿੰਥੋਂ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲ ਸਕੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਜੁਆਇਨ ਕਰਕੇ ਰੱਖੋ ਜੀ ਮਿਲਦੇ ਆ ਜਲਦੀ ਹੀ ਇੱਕ ਹੋਰ ਵਧੀਆ ਜੀ ਪੋਸਟ ਦੇ ਨਾਲ ਜਾਂ ਇਹਦੇ ਨਾਲ ਰਿਲੇਟਡ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਬੀ ਸੇਵ ਸਟੇਕ ਨੈਕ very good take care of yourself bye bye